ਸ਼੍ਰੀਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ। ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਜਿਨ੍ਹਾਂ ਦੇ ਨਾਲ ਅਸੀਂ ਫਿਰ ਤੋਂ ਹੈਲਥ ਇਸ਼ੂਸ ਨੂੰ ਲੈ ਕੇ ਡਿਸਕਸ਼ਨ ਕਰਾਂਗੇ। ਸੁਰਜੀ, ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖ ਲਓ। 24 ਘੰਟੇ ਜਦੋਂ ਵੀ ਤੁਸੀਂ ਚਾਹੋ, ਜਦੋਂ ਵੀ ਟਾਈਮ ਮਿਲੇ, ਕੋਈ ਵੀ ਪ੍ਰੋਬਲਮ ਹੈਗੀ ਆ ਘਰ ਦੇ ਵਿੱਚ ਤੁਹਾਨੂੰ, ਆ ਤੁਹਾਡੇ ਕਿਸੇ ਆਪਣੇ ਨੂੰ ਹੈਗੀ ਆ, ਕੋਈ ਵੀ ਹੈਲਥ ਇਸ਼ੂ ਹੈਗਾ, ਤੁਸੀਂ ਉਹਨਾਂ ਦੇ ਨਾਲ ਇਹਨਾਂ ਨੰਬਰ 'ਤੇ ਕਾਲ ਕਰਕੇ ਡਿਸਕਸ ਕਰ ਸਕਦੇ ਹੋ। ਮੈਡੀਸਿਨ ਘਰ ਬੈਠੇ ਮੰਗਵਾ ਸਕਦੇ ਹੋ। ਬਾਕੀ ਜੀ, ਯੂਟਿਊਬ ਚੈਨਲ ਡਾਕਟਰ ਨਵਦੀਪ ਸ਼ਰਮਾ ਜੀ ਦਾ, ਉਸ ਨੂੰ ਤੁਸੀਂ ਜ਼ਰੂਰ ਜਾ ਕੇ ਚੈੱਕ ਕਰੋ, ਕਿਉਂਕਿ ਬਹੁਤ ਨੌਲੇਜ ਜਿਹੜੀ ਆ ਤੁਹਾਨੂੰ ਮਿਲਣ ਵਾਲੀ ਹੈ, ਚਾਹੇ ਹਰਬਸ ਨੂੰ ਲੈ ਕੇ ਹੋਵੇ, ਚਾਹੇ ਹੋਰ ਕੋਈ ਨੌਲੇਜ, ਚਾਹੇ ਯੋਗਾ ਨੂੰ ਲੈ ਕੇ ਹੋਵੇ। ਇਸ ਤੋਂ ਇਲਾਵਾ ਐਂਟੀ ਕੇਅਰ ਐਪ ਡਾਊਨਲੋਡ ਕਰਨਾ ਬਿਲਕੁਲ ਨਹੀਂ ਭੁੱਲਣਾ ਜੀ। ਅਤੇ USA ਦੇ ਵਿੱਚ ਸੈਂਟਰਸ ਨੇ, ਉਹਨਾਂ ਦੇ ਜੇਕਰ ਪ੍ਰੋਪਰ ਐਡਰੈਸ ਚਾਹੀਦੇ ਨੇ ਤਾਂ ਵੀ ਜੋ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਹੀ ਕਾਲ ਕਰਕੇ ਤੁਸੀਂ ਐਡਰੈਸ, ਪ੍ਰੋਪਰ ਐਡਰੈਸ ਲੈ ਸਕਦੇ ਹੈਗੇ ਹੋ, ਤਾਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। ਸੋ ਅੱਜ ਜਿਹੜੀ ਅਸੀਂ ਮੇਨ ਟੋਪਿਕ ਲੈਣ ਜਾ ਰਹੇ ਹਾਂ, ਉਹ ਹੋਏਗਾ ਲਿਬਿਡੋ ਇੰਪਰੂਵਮੈਂਟ ਦਾ। ਸੋ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਅਸੀਂ, ਕਿਉਂਕਿ ਬੜੀਆਂ ਧਾਰਨਾ ਬਣੀਆਂ ਹੋਈਆਂ ਨੇ ਕਿਤੇ ਨਾ ਕਿਤੇ। ਅਸੀਂ ਉਹ ਕਹਿੰਦੇ ਨਾ, ਨੀਮ ਹਕੀਮ ਖਤਰਾ ਹੈ ਜਾਨ, ਉਹਨਾਂ ਹੱਥਾਂ ਦੇ ਵਿੱਚ ਫਸ ਵੀ ਜਾਂਦੇ ਆ, ਨੁਕਸਾਨ ਵੀ ਹੁੰਦੇ ਨੇ ਸਾਨੂੰ। ਸੋ ਬਾਕੀ ਜੀ, ਇਸ ਨੂੰ ਲੈ ਕੇ ਪ੍ਰੋਪਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਵੈਲਕਮ ਕਰ ਲੈਂਦੇ ਹਾਂ, ਵੈਲਕਮ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਨੀਮ ਹਕੀਮ ਖਤਰਾ ਹੈ ਜਾਨ, ਤਾਂ ਉਹ ਸੱਚੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਵਾਕਈ ਹੀ ਲੋਕ ਜਿਹੜੇ ਨੇ, ਚਾਹੇ ਅਸੀਂ ਹੁਣ ਜਿੱਦਾਂ ਮੈਂ ਲਿਬਿਡੋ ਇੰਪਰੂਵਮੈਂਟ ਦੀ ਅੱਜ ਗੱਲ ਕੀਤੀ ਹੈਗੀ ਆ, ਹੈ ਨਾ, ਇਸ ਚੀਜ਼ ਨੂੰ ਲੈ ਕੇ ਤਾਂ ਆਲਮੋਸਟ ਲੋਕ ਉਹਨਾਂ ਨੂੰ ਹੀ ਪ੍ਰੈਫਰ ਕਰਦੇ ਨੇ, ਥਾਂ ਥਾਂ 'ਤੇ ਬੋਰਡਸ ਲੱਗੇ ਹੁੰਦੇ ਨੇ, ਹੈ ਨਾ, ਅਤੇ ਉੱਥੇ ਹੀ ਉਹ ਪਹੁੰਚ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਕਿ ਕਿਸ ਹੱਦ ਤੱਕ ਸਹੀ ਹੈਗਾ ਉਹਨਾਂ ਦੇ ਕੋਲ ਜਾਣਾ? ਦੇਖੋ, ਲਾਈਫ ਰਿਸਕ 'ਚ ਪਾਉਣ ਵਾਲੀ ਗੱਲ ਹੈ। ਰਿਐਲਿਟੀ ਦੀ ਅਗਰ ਆਪਾਂ ਗੱਲ ਕਰੀਏ, ਮੈਂ ਨਹੀਂ ਕਹਿੰਦਾ ਕਿ ਆਯੁਰਵੇਦ 'ਚ ਐਸੀਆਂ ਹਰਬਸ ਅਵੇਲੇਬਲ ਨਹੀਂ ਹੈ, ਬਹੁਤ ਸਾਰੀਆਂ ਹਰਬਸ ਅਵੇਲੇਬਲ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਵੀ ਕਰਾਂਗੇ, ਬਟ ਕਿਤੇ ਨਾ ਕਿਤੇ ਕੀ ਹੁੰਦਾ ਵੈ, ਲੋਕ ਅਕਸਰ ਇਹਨਾਂ ਡਿਜ਼ੀਜ਼ ਦੇ ਅੰਦਰ ਜਿਹੜੇ ਨੇ ਵੱਡੇ ਵੱਡੇ ਬੋਰਡਸ ਦੇ ਪਿੱਛੇ ਭੱਜਦੇ ਨੇ। ਆਪਾਂ ਆਮ ਤੌਰ 'ਤੇ ਦੇਖਦੇ ਹਾਂ, ਕੋਈ ਵੀ ਸ਼ਹਿਰ ਹੋਏ, ਹਰ ਸ਼ਹਿਰ 'ਚ ਐਸੇ ਦਵਾਖਾਨੇ ਖੁੱਲ੍ਹੇ ਨੇ, ਐਸੇ ਲੋਕ ਬੈਠੇ ਨੇ ਜਿਹੜੇ ਕਲੇਮ ਕਰਦੇ ਨੇ ਮੈਜੀਕਲ ਰੈਮਡੀਜ਼ ਐਨ ਆਲ ਇਹਨਾਂ ਕੇਸਿਸ 'ਚ, ਔਰ ਪੇਸ਼ੈਂਟਸ ਨੂੰ ਕਈ ਸਾਰੀਆਂ ਐਸੀਆਂ ਦਵਾਈਆਂ ਖਵਾਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਬਹੁਤ ਨੁਕਸਾਨ ਕਰਦੀਆਂ ਨੇ। ਜਦਕਿ ਅਗਰ ਆਪਾਂ ਆਯੁਰਵੇਦ ਦੀ ਗੱਲ ਕਰੀਏ, ਆਯੁਰਵੇਦ 'ਚ ਬਹੁਤ ਹੀ ਸੇਫ ਅਤੇ ਬੜੇ ਸਿੰਪਲ ਤਰੀਕੇ ਦੇ ਨਾਲ ਵਾਜੀਕਰਨ ਦੇ ਬਾਰੇ 'ਚ ਦੱਸਿਆ ਗਿਆ ਹੈ। ਵਾਜੀਕਰਨ ਦੇ ਬਾਰੇ 'ਚ ਸ਼ਾਸਤਰਾਂ 'ਚ ਕਿਹਾ ਗਿਆ ਹੈ, ਅਵਾਜੀਨਮ ਵਾਜੀਨਮ ਕੁਰਵੰਤੀ ਅਨੇਨਿਤੀ ਵਾਜੀਕਰਨਮ। ਵਾਜੀ ਹੌਰਸ ਨੂੰ ਕਿਹਾ ਜਾਂਦਾ ਵੈ, ਘੋੜੇ ਨੂੰ ਕਿਹਾ ਜਾਂਦਾ ਵੈ, ਔਰ ਇਹ ਮੰਨਿਆ ਜਾਂਦਾ ਵੈ ਕਿ ਫਿਜ਼ੀਕਲ ਸਟਰੈਂਥ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਸਟਰੈਂਥ ਹੌਰਸ ਅੰਦਰ ਹੁੰਦੀ ਹੈ, ਔਰ ਇਹ ਮੰਨਿਆ ਜਾਂਦਾ ਵੈ ਕਿ ਉਹ ਹਰਬਸ, ਉਹ ਕੰਬੀਨੇਸ਼ਨਸ ਜਿਹੜੇ ਵਿਅਕਤੀ ਨੂੰ ਹੌਰਸ ਵਕਨ ਬਲਵਾਨ ਬਣਾ ਦੇਣ, ਉਹਨਾਂ ਨੂੰ ਵਾਜੀਕਰਨ ਕਹਿੰਦੇ ਨੇ। ਔਰ ਬਹੁਤ ਸਾਰੀਆਂ ਹਰਬਸ, ਬਹੁਤ ਸਾਰੇ ਕੰਬੀਨੇਸ਼ਨਸ ਐਸੇ ਨੇ ਜਿਹੜੇ ਸ਼ਾਸਤਰਾਂ 'ਚ ਮੈਂਸ਼ਨ ਨੇ। ਸਾਨੂੰ ਚਾਹੀਦਾ ਵੈ ਕਿ ਬਜਾਏ ਕਿ ਆਪਾਂ ਕਿਸੇ ਵੀ ਨੀਮ ਹਕੀਮ ਦੇ ਚੱਕਰਾਂ 'ਚ ਫਸੀਏ, ਉਹ ਹਰਬਸ ਆਪਾਂ ਰੈਗੂਲਰਲੀ ਸੇਫਟੀ ਦੇ ਨਾਲ ਖਾ ਸਕਦੇ ਹਾਂ, ਉਹ ਕੰਬੀਨੇਸ਼ਨਸ ਆਪਾਂ ਲੈ ਸਕਦੇ ਹਾਂ। ਡੈਫੀਨੇਟਲੀ ਇਹ ਸਾਰੀਆਂ ਹਰਬਸ ਜਿਹੜੀਆਂ ਨੇ ਉਹ ਲਿਬਿਡੋ ਨੂੰ ਇਨਹਾਂਸ ਕਰਨਗੀਆਂ ਔਰ ਫਾਇਦਾ ਵੀ ਕਰਨਗੀਆਂ। ਇਹਦੇ 'ਚ ਸਭ ਤੋਂ ਪਹਿਲੇ ਜ਼ਰੂਰੀ ਹੈ ਜੀ ਕੋਨਸੈਪਟ ਜਾਣਨਾ। ਦੇਖੋ, ਆਪਾਂ ਕੋਨਸੈਪਟ ਦੀ ਅਗਰ ਗੱਲ ਕਰਦੇ ਹਾਂ, ਆਯੁਰਵੇਦ 'ਚ 7 ਧਾਤੂਆਂ ਮੰਨੀਆਂ ਗਈਆਂ ਨੇ। ਓਕੇ, 7 ਧਾਤੂਆਂ 'ਚ ਆ ਜਾਂਦੀਆਂ ਜੀ, ਰਸ, ਰਕਤ, ਮਾਸ, ਮੇਦ, ਅਸਥੀ, ਮੱਝਾ ਅਤੇ ਸ਼ੁਕਰ। ਓਕੇ, ਇਹਦੇ 'ਚ ਬੜਾ ਹੀ ਵਧੀਆ ਸ਼ਲੋਕ ਇੱਕ ਆਯੁਰਵੇਦ 'ਚ ਲਿਖਿਆ ਹੈ ਜੀ, ਰਸਾਤ ਰਕਤੋ ਤਤੋ ਮਾਸਮ, ਮਾਸਾਨ ਮੇਦ ਅਸਥੀ 'ਚ ਅਸਥਿਨੋ ਮੱਝਾ ਤਤੋ ਸ਼ੁਕਰਮ ਸ਼ੁਕਰਾਦ ਗਰਭ ਪ੍ਰਜਾਇਤੇ। ਮਤਲਬ ਰਸ ਧਾਤੂ ਤੋਂ ਰਕਤ, ਰਕਤ ਤੋਂ ਮਾਸ, ਮਾਸ ਤੋਂ ਮੇਦ, ਮੇਦ ਤੋਂ ਅਸਥੀ, ਅਸਥੀ ਤੋਂ ਮੱਝਾ ਅਤੇ ਮੱਝਾ ਤੋਂ ਸ਼ੁਕਰ ਧਾਤੂ ਜਿਹੜਾ ਬਣਦਾ ਵੈ। ਔਰ ਸ਼ੁਕਰ ਧਾਤੂ ਸਾਡੇ ਸਰੀਰ 'ਚ ਜਿੰਨਾ ਵੱਧ ਹੋਏਗਾ, ਜਿੰਨੀ ਵਧੀਆ ਕੁਆਲਿਟੀ ਦਾ ਹੋਏਗਾ, ਉਨਾ ਹੀ ਜਿਹੜਾ ਲਿਬਿਡੋ ਹੈ ਉਹ ਬੈਟਰ ਹੋਏਗਾ। ਇਹਦਾ ਮਤਲਬ ਹੈ ਉਹ ਸਾਰੀਆਂ ਦਵਾਈਆਂ ਅਤੇ ਉਹ ਸਾਰੀਆਂ ਹਰਬਸ ਜਿਹੜੀਆਂ ਕਿ ਸਾਡੇ ਸਰੀਰ ਦੇ ਸਾਰੇ ਧਾਤੂਆਂ ਨੂੰ ਪੁਸ਼ਟ ਕਰਦੀਆਂ ਨੇ, ਵਧਾਉਂਦੀਆਂ ਨੇ, ਆਟੋਮੈਟਿਕਲੀ ਜਿਹੜੀਆਂ ਨੇ ਉਹ ਲਿਬਿਡੋ ਨੂੰ ਵਧਾਉਣਗੀਆਂ। ਲੇਕਿਨ ਅੱਜ ਦੀ ਡੇਟ 'ਚ ਕੀ ਹੋ ਗਿਆ ਵੈ, ਧਾਤੂਆਂ ਦੀ ਪੁਸ਼ਟੀ ਕਰਨ ਦੀ ਜਗ੍ਹਾ ਦੇ ਉੱਪਰ ਲੋਕਾਂ ਨੂੰ ਮੂਡ ਬੂਸਟਰ ਡਰੱਗਸ ਦਿੱਤੀਆਂ ਜਾਂਦੀਆਂ ਨੇ। ਐਸੀਆਂ ਬਹੁਤ ਸਾਰੀਆਂ ਹਰਬਸ ਨੇ ਜਿਹੜੀਆਂ ਮੂਡ ਬੂਸਟ ਕਰ ਦਿੰਦੀਆਂ ਨੇ, ਸਰੀਰ ਨੂੰ ਫਾਇਦਾ ਨਹੀਂ ਪਹੁੰਚਾਉਂਦੀਆਂ, ਸਿਰਫ ਮੂਡ ਬੂਸਟ ਕਰਕੇ ਲਿਬਿਡੋ ਨੂੰ ਵਧਾ ਦਿੰਦੀਆਂ ਨੇ। ਇਸ ਕਰਕੇ ਅਗਰ ਆਪਾਂ ਚਾਹੁੰਦੇ ਹਾਂ ਕਿ ਆਪਾਂ ਸੇਫਟੀ ਦੇ ਨਾਲ ਲਿਬਿਡੋ ਇੰਪਰੂਵਮੈਂਟ ਕਰਨੀ ਹੈ, ਤਾਂ ਸਾਨੂੰ ਇੱਕ ਵਾਰੀ ਦੁਬਾਰਾ ਅਚਾਰੇ ਚਰਕ ਦੇ ਹਿਸਾਬ ਨਾਲ ਚੱਲਣਾ ਪਏਗਾ। ਕੁਛ ਕਾਮਨ ਹਰਬਸ ਨੇ ਜਿਨ੍ਹਾਂ ਦਾ ਮੈਂ ਨਾਮ ਦੱਸਣਾ ਚਾਹਾਂਗਾ, ਜਿਹੜਾ ਕਿ ਸੇਫਲੀ ਲਈਆਂ ਜਾ ਸਕਦੀਆਂ ਨੇ, ਲਿਬਿਡੋ ਇੰਪਰੂਵਮੈਂਟ ਵੀ ਕਰਨਗੀਆਂ, ਧਾਤੂਆਂ ਦੀ ਪੁਸ਼ਟੀ ਵੀ ਕਰਨਗੀਆਂ, ਮਤਲਬ ਸਰੀਰ ਨੂੰ ਕੰਪਲੀਟ ਫਾਇਦਾ ਦੇਣਗੀਆਂ। ਇਹਦੇ 'ਚ ਸਭ ਤੋਂ ਪਹਿਲੇ ਅਤੇ ਸਭ ਤੋਂ ਫੇਮਸ ਹਰਬ ਆ ਜਾਂਦੀ ਹੈ ਜੀ ਅਸ਼ਵਗੰਧਾ।
ਅਸ਼ਵਗੰਧਾ ਵਿਤੈਨੀਆ ਸੋਮਨੀਫੈਰਾ ਕਹਿੰਦੇ ਹਾਂ ਜੀ, ਬੋਟੈਨੀਕਲ ਨੇਮ, ਬੜੀ ਹੀ ਫੇਮਸ ਹਰਬ ਬਣ ਚੁੱਕੀ ਹੈ। ਇਹਨੂੰ ਇੰਡੀਅਨ ਜਿਨਸੈਂਕ ਵੀ ਕਹਿ ਦਿੱਤਾ ਜਾਂਦਾ ਵਾ। ਲੋਕ ਅੱਜ ਦੀ ਡੇਟ 'ਚ ਇਮਿਊਨ ਸਿਸਟਮ ਬੈਟਰ ਕਰਨ ਵਾਸਤੇ ਆਪਣੀ ਬੋਡੀ ਨੂੰ ਜਨਰਲ ਟੋਨਿਕ ਦੇ ਤੌਰ 'ਤੇ, ਐਂਟੀ ਸਟ੍ਰੈਸ ਤੌਰ 'ਤੇ ਅਸ਼ਵਗੰਧਾ ਲੈਂਦੇ ਨੇ। ਔਰ ਅਸ਼ਵਗੰਧਾ ਧਾਤੂਆਂ ਨੂੰ ਵਧਾਉਂਦੀ ਹੈ, ਸ਼ੁਕਰ ਧਾਤੂ ਨੂੰ ਵਧਾਉਂਦੀ ਹੈ, ਬਹੁਤ ਹੀ ਵਧੀਆ ਵਾ ਲਿਬਿਡੋ ਇੰਪਰੂਵਮੈਂਟ ਵਾਸਤੇ। ਅਸ਼ਵਗੰਧਾ ਤੋਂ ਬਾਅਦ ਜਿਹੜੀ ਸੈਕਿੰਡ ਹਰਬ ਆ ਜਾਂਦੀ ਹੈ, ਉਹ ਆ ਜਾਂਦੀ ਹੈ ਜੀ ਮੁਛਲੀ। ਮੁਛਲੀ ਦੋ ਤਰ੍ਹਾਂ ਦੀ ਹੈ ਜੀ, ਇੱਕ ਸਫੇਦ ਮੁਛਲੀ ਅਤੇ ਇੱਕ ਕਾਲੀ ਮੁਛਲੀ। ਸਫੇਦ ਮੁਛਲੀ ਜ਼ਿਆਦਾ ਬੈਟਰ ਗਿਣੀ ਜਾਂਦੀ ਹੈ। ਸਫੇਦ ਮੁਛਲੀ ਦਾ ਸਭ ਤੋਂ ਵਧੀਆ ਫਾਇਦਾ ਹੈ ਵੈ ਲਿਬਿਡੋ ਤਾਂ ਵਧਾਉਂਦੀ ਹੀ ਵਧਾਉਂਦੀ ਹੈ। ਸਾਡੇ ਉਹ ਪੇਸ਼ੈਂਟਸ ਜਿਨ੍ਹਾਂ ਦਾ ਕਿ ਸਪਰਮ ਕਾਊਂਟ ਘੱਟ ਹੈ, ਜਿਹਦੇ ਕਰਕੇ ਅੱਗੇ ਇਨਫਰਟੀਲਿਟੀ ਦੀ ਪ੍ਰੋਬਲਮ ਆ ਰਹੀ ਹੈ, ਸਫੇਦ ਮੁਛਲੀ ਸਪਰਮ ਕਾਊਂਟ ਨੂੰ ਵੀ ਬਹੁਤ ਵਧੀਆ ਵਧਾਉਂਦੀ ਹੈ। ਇਸ ਕਰਕੇ ਬਹੁਤ ਚੰਗੀ ਚੀਜ਼ ਹੈ। ਥਰਡ, ਇਸ ਤੋਂ ਬਾਅਦ 'ਚੋਂ ਆ ਜਾਂਦਾ ਜੀ ਕਪੀ ਕੱਛੂ। ਕਪੀ ਕੱਛੂ ਦੁਬਾਰਾ ਇੱਕ ਐਸੀ ਹਰਬ ਹੈ ਜਿਹੜੀ ਕਿ ਲਿਬਿਡੋ ਨੂੰ ਬਹੁਤ ਇੰਪਰੂਵ ਕਰਦੀ ਹੈ, ਕੁਛ ਹੱਦ ਤੱਕ ਵਿਅਕਤੀ ਦਾ ਜਿਹੜਾ ਮੂਡ ਹੈ ਉਹਨੂੰ ਵੀ ਇੰਪਰੂਵ ਕਰਦੀ ਹੈ, ਸੀਰੋਟੋਨਿਨ ਦੇ ਲੈਵਲ ਨੂੰ ਇਹ ਵਧਾਉਂਦੀ ਹੈਗੀ ਹੈ। ਇਹ ਤਿੰਨ ਕਾਮਨ ਹਰਬਸ ਜ਼ਰੂਰ ਯੂਜ਼ ਕਰਨੀਆਂ ਚਾਹੀਦੀਆਂ ਜੀ। ਇਸ ਤੋਂ ਬਾਅਦ 'ਚੋਂ ਆ ਜਾਂਦੀ ਹੈ ਜੈਫਲ। ਜੈਫਲ ਜਿਹੜੀ ਹੈ ਥੋੜ੍ਹੀ ਜਿਹੀ ਗਰਮ ਤਸੀਰ ਦੀ ਹੁੰਦੀ ਹੈ, ਇਹਦਾ ਸਭ ਤੋਂ ਵੱਧ ਫਾਇਦਾ ਵੈ ਇਮੀਡੀਏਟ ਫਾਇਦਾ ਦਿੰਦੀ ਹੈ ਇਮੀਡੀਏਟ। ਅਗਰ ਜੈਫਲ ਦਾ ਸੇਵਨ ਕੀਤਾ ਜਾਂਦਾ ਵੈ, ਗਰਮ ਦੁੱਧ ਨਾਲ ਸੇਵਨ ਕਰ ਲਿਆ ਜਾਂਦਾ ਵੈ, ਇੱਕ ਹੁੰਦਾ ਵੈ ਲੌਂਗ ਟਰਮ ਦੇ ਅੰਦਰ ਲਿਬਿਡੋ ਨੂੰ ਵਧਾਉਣਾ, ਇੱਕ ਹੁੰਦਾ ਵੈ ਇਮੀਡੀਏਟਲੀ ਲਿਬਿਡੋ ਨੂੰ ਵਧਾਉਣਾ। ਜੈਫਲ ਇਮੀਡੀਏਟਲੀ ਜਿਹੜਾ ਲਿਬਿਡੋ ਹੈ ਉਹਨੂੰ ਇੰਪਰੂਵ ਕਰਦਾ ਵੈ। ਇਸ ਤੋਂ ਅਗਲੀ ਹਰਬ ਆ ਜਾਂਦੀ ਹੈ ਜੀ ਅਕਰਕਰਾ। ਅਕਰਕਰਾ ਦੁਬਾਰਾ ਇੱਕ ਐਸੀ ਹਰਬ ਹੈ ਜਿਹੜੀ ਕਿ ਬੰਦੇ ਦੇ ਲਿਬਿਡੋ ਨੂੰ ਇੰਪਰੂਵ ਕਰਦੀ ਹੈ, ਉਹ ਵੀ ਤੁਸੀਂ ਜਿਹੜੀ ਹੈ ਯੂਜ਼ ਕਰ ਸਕਦੇ ਹੋ, ਮਾਰਕੀਟ 'ਚ ਅਵੇਲੇਬਲ ਹੈ। ਇਸ ਤੋਂ ਅਗਲੀ ਇੱਕ ਯੂਨਾਨੀ ਹਰਬ ਆ ਜਾਂਦੀ ਹੈ ਜੀ ਰੂਮੀ ਮਸਤਗੀ, ਬਹੁਤ ਵਧੀਆ ਹਰਬ ਹੈ। ਅਤੇ ਇਹ ਕੁਛ ਕਾਮਨ ਹਰਬਸ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਜਿਹੜੀ ਕਿ ਲਿਬਿਡੋ ਇੰਪਰੂਵਮੈਂਟ ਵਾਸਤੇ ਯੂਜ਼ ਕੀਤੀਆਂ ਜਾ ਸਕਦੀਆਂ ਨੇ। ਲੇਕਿਨ ਇੱਕ ਚੀਜ਼ ਜਿਹਦਾ ਕਿ ਫਾਇਦਾ ਵੀ ਹੈ ਅਤੇ ਜਿਹੜੀ ਹਰ ਬੰਦਾ ਯੂਜ਼ ਕਰ ਰਿਹਾ ਬਿਨਾਂ ਸੋਚੇ ਕਿਸ ਤਰ੍ਹਾਂ ਯੂਜ਼ ਕਰਨੀ ਹੈ ਲਿਬਿਡੋ ਇੰਪਰੂਵਮੈਂਟ ਵਾਸਤੇ, ਉਹ ਹੈ ਸ਼ਿਲਾਜੀਤ। ਸ਼ਿਲਾਜੀਤ ਨਾਮ ਆਮ ਸੁਣਿਆ ਆਪਾਂ ਸਾਰਿਆਂ ਨੇ, ਕਾਮਨ ਹੈ ਬਹੁਤ। ਕਿਤੇ ਵੀ ਤੁਸੀਂ ਕੋਈ ਬੋਰਡ ਦੇਖ ਲਓ ਜਿੱਥੇ ਲਿਬਿਡੋ ਦੀ ਗੱਲ ਹੋ ਰਹੀ ਹੋਏਗੀ, ਉੱਥੇ ਸ਼ਿਲਾਜੀਤ ਲਿਖਿਆ ਹੋਏਗਾ। ਕਿਤੇ ਸ਼ਿਲਾਜੀਤ ਗੋਲਡ ਲਿਖਿਆ ਹੋਇਆ, ਕਿਤੇ ਸ਼ਿਲਾਜੀਤ 'ਚ ਕੁਛ ਹੋਰ ਪੈਣ ਦੀ ਗੱਲ ਕੀਤੀ ਹੈ। ਸ਼ਿਲਾਜੀਤ ਡੈਫੀਨੇਟਲੀ ਲਿਬਿਡੋ ਨੂੰ ਬੈਟਰ ਕਰਦਾ ਵੈ। ਲੇਕਿਨ ਆਪਾਂ ਧਿਆਨ ਨਾਲ ਰੱਖਣਾ ਕਿ ਗਰਮੀਆਂ 'ਚ ਸ਼ਿਲਾਜੀਤ ਦਾ ਸੇਵਨ ਨਹੀਂ ਕਰਨਾ, ਉਹਦੀ ਤਸੀਰ ਗਰਮ ਹੁੰਦੀ ਹੈ। ਦੂਜਾ, ਸ਼ਿਲਾਜੀਤ ਹਮੇਸ਼ਾ ਦੁੱਧ ਨਾਲ ਸਭ ਤੋਂ ਵੱਧ ਫਾਇਦਾ ਕਰਦਾ ਵੈ। ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਸ਼ਿਲਾਜੀਤ ਲਈਏ ਗਰਮ ਦੁੱਧ ਦੇ ਨਾਲ ਸ਼ਿਲਾਜੀਤ ਨੂੰ ਲਿੱਤਾ ਜਾਏ। ਸ਼ਿਲਾਜੀਤ ਬੜੀ ਮਾਰਕੀਟ 'ਚ ਜਿਹੜੀ ਅਵੇਲੇਬਲ ਹੈ ਉਹ ਨਕਲੀ ਹੈ, ਪਿਓਰ ਨਹੀਂ ਹੈ। ਸ਼ਿਲਾਜੀਤ ਨੂੰ ਚੈੱਕ ਕਰਨ ਦਾ ਤਰੀਕਾ ਜੀ, ਸ਼ਿਲਾਜੀਤ ਦੋ ਤਰ੍ਹਾਂ ਦੀ ਹੈ, ਗੋਮੂਤਰ ਗੰਦੀ ਅਤੇ ਕਰਪੂਰ ਗੰਦੀ। ਸ਼ਿਲਾਜੀਤ ਜੋ ਤੁਸੀਂ ਆਪਣੇ ਹੱਥ 'ਚ ਫੜੋਗੇ, ਜੇ ਉਹਦੇ 'ਚੋਂ ਗੋਮੂਤਰ ਦੀ ਸਮੈਲ ਆ ਰਹੀ ਹੈ ਕਾਫੀ ਜ਼ਿਆਦਾ ਤੁਹਾਨੂੰ, ਤਦ ਉਹ ਚੰਗਾ ਸ਼ਿਲਾਜੀਤ ਹੈ। ਅਕਸਰ ਸ਼ਿਲਾਜੀਤ ਕਰਪੂਰ ਗੰਦੀ ਯੂਜ਼ ਕੀਤਾ ਜਾਂਦਾ ਜਿਹੜਾ ਕਿ ਕੰਪੈਰੇਟਿਵਲੀ ਕਾਫੀ ਘੱਟ ਫਾਇਦਾ ਦਿੰਦਾ ਵੈ। ਅਤੇ ਕੋਸ਼ਿਸ਼ ਆਪਾਂ ਕਰਨੀ ਹੈ ਗੋਮੂਤਰ ਗੰਦੀ ਜਿਹੜਾ ਸ਼ਿਲਾਜੀਤ ਹੈ ਉਹਦਾ ਯੂਜੇਜ ਕਰਨਾ ਵੈ, ਉਹ ਲਿਬਿਡੋ ਨੂੰ ਵਧਾਏਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਨੇ, ਇਹਨਾਂ ਸਾਰਿਆਂ ਦਾ ਸਭ ਤੋਂ ਵੱਡਾ ਫਾਇਦਾ ਹੈ ਵੈ, ਇਹ ਸਾਰੀਆਂ ਧਾਤੂਆਂ ਦੀ ਪੁਸ਼ਟੀ ਕਰਦੀ ਹੈ। ਖਾਸ ਤੌਰ 'ਤੇ ਸ਼ਿਲਾਜੀਤ ਦਾ ਤਾਂ ਫਾਇਦਾ ਹੈ ਵੈ ਕਿ ਸ਼ਿਲਾਜੀਤ ਸਾਡੀ ਓਜ ਨੂੰ ਵੀ ਵਧਾਉਂਦੀ ਹੈ। ਓਜ ਦਾ ਮਤਲਬ ਹੈ ਜੀ ਸਾਡਾ ਇਮਿਊਨ ਸਿਸਟਮ। ਅਗਰ ਸ਼ਿਲਾਜੀਤ ਦਾ ਸੇਵਨ ਕੀਤਾ ਜਾਏ ਲਿਬਿਡੋ ਵੀ ਇੰਪਰੂਵ ਕਰੇਗਾ ਅਤੇ ਇਮਿਊਨ ਸਿਸਟਮ ਨੂੰ ਵੀ ਫਾਇਦਾ ਕਰੇਗਾ ਜੀ। ਜੀ, ਸੋ ਇਹ 'ਚੋਂ ਇੱਕ ਇਹਦੇ ਵਿੱਚ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਨੋਰਮਲ ਹਰਬਸ ਹੁੰਦੀਆਂ ਨੇ, ਹੈ ਨਾ, ਉਹਨਾਂ ਨੂੰ ਹੀ ਡੇਲੀ ਰੂਟੀਨ ਦੇ ਵਿੱਚ ਜੇ ਐਡ ਔਨ ਕਰ ਲਿਆ ਜਾਵੇ। ਸੋ ਕਿਤੇ ਨਾ ਕਿਤੇ ਜਿਹੜੇ ਕਿਉਂਕਿ ਜਦੋਂ ਮੈਂ ਜਿਵੇਂ ਅਸੀਂ ਨੀਮ ਹਕੀਮ ਦੀ ਗੱਲ ਕੀਤੀ ਸੀਗੀ, ਸੋ ਉਹਨੂੰ ਵੀ ਸਰ ਆਯੁਰਵੇਦ ਦੇ ਵਿੱਚ ਹੀ ਲੈ ਕੇ ਚੱਲਾਂਗੇ? ਇੱਕ ਤਾਂ ਤੁਹਾਡਾ ਆਯੁਰਵੇਦ ਹੋਇਆ ਉਹਨੂੰ ਐਕਸਟ੍ਰੀਮ ਲੈਵਲ 'ਤੇ ਲੈ ਗਏ, ਇੱਕ ਮੇਰੇ ਖਿਆਲ 'ਚ ਨੋਨ ਐਕਸਪੀਰੀਅੰਸ ਨੋਰਮਲੀ ਆਪਾਂ ਰੋਡ ਕਿਨਾਰੇ ਦੇਖ ਕੇ ਮੈਡੀਸਿਨ ਲੈ ਲੈਣੀ ਆ, ਸੋ ਗਲਤ ਹੋ ਜਾਂਦਾ ਕਿ ਉਹਦਾ ਸਭ ਤੋਂ ਵੱਡਾ ਨੁਕਸਾਨ ਹੈ ਜੀ, ਉਹ ਇਹਨਾਂ 'ਚੋਂ ਕੋਈ ਹਰਬ ਯੂਜ਼ ਨਹੀਂ ਕਰਦੇ। ਐਵੇਂ ਜਿੰਨੀਆਂ ਵੀ ਹਰਬਸ ਕਹੀਆਂ ਨੇ, ਇਹ ਹਰਬਸ ਜਿਹੜੀਆਂ ਨੇ ਕੁਛ ਐਕਸਪੈਂਸਿਵ ਨੇ, ਔਰ ਉਹਨਾਂ ਲੋਕਾਂ ਨੇ ਕੀ ਕਰਨਾ ਹੁੰਦਾ, ਉਹਨਾਂ ਨੇ ਬੜੀ ਇਕਨੋਮੀਕਲ ਜੀ ਮੈਡੀਸਿਨ ਪਕੜਾਣੀ ਔਰ ਉਹਦੇ 'ਚੋਂ ਇਹਨਾਂ ਨੇ 4 ਪੈਸੇ ਬਚਾਉਣੇ ਨੇ। ਉਹ ਇਹਨਾਂ 'ਚੋਂ ਕੁਛ ਨਹੀਂ ਪਾਉਂਦੇ ਜੀ, ਉਹ ਮੂਡ ਬੂਸਟਰ ਮੈਡੀਸਿਨਸ ਪਾ ਦਿੰਦੇ ਨੇ। ਇਹਨਾਂ ਚੀਜ਼ਾਂ ਨੂੰ ਅਗਰ ਸਾਈਡ 'ਤੇ ਕਰਤਾ ਜਾਏ ਤਾਂ ਐਸੀਆਂ ਹਰਬਸ ਵੀ ਹੁੰਦੀਆਂ ਨੇ ਜਿਹੜੀਆਂ ਮੂਡ ਨੂੰ ਬੈਟਰ ਕਰ ਦਿੰਦੀਆਂ ਨੇ, ਲੇਕਿਨ ਨੁਕਸਾਨ ਕਰਦੀਆਂ ਨੇ। ਬਹੁਤ ਸਾਰੀਆਂ ਬੈਂਡ ਵੀ ਨੇ, ਜਿਸ ਤਰ੍ਹਾਂ ਆਪਾਂ ਭੰਗ ਦੀ ਗੱਲ ਸੁਣੀ, ਅਫੀਮ ਹੋ ਗਈ, ਇਹ ਸਾਰੀਆਂ ਬੈਂਡ ਨੇ, ਬਟ ਕਿਤੇ ਨਾ ਕਿਤੇ ਇਹ ਯੂਜ਼ ਕਰ ਲਈਆਂ ਜਾਂਦੀਆਂ ਨੇ ਲਿਬਿਡੋ ਨੂੰ ਇੰਪਰੂਵ ਕਰਨ ਵਾਸਤੇ, ਜਿਹੜਾ ਕਿ ਬਹੁਤ ਗਲਤ ਹੈ। ਇਸ ਕਰਕੇ ਆਪਾਂ ਬਚਣਾ ਵੈ ਇਹਨਾਂ ਚੀਜ਼ਾਂ ਤੋਂ। ਦੇਖੋ ਸਿੰਪਲ ਹਰਬਸ ਨੇ ਜਿਨ੍ਹਾਂ ਦੇ ਮੈਂ ਨਾਮ ਲਿੱਤੇ ਨੇ, ਇਹਨਾਂ 'ਚੋਂ ਕੋਈ ਵੀ ਹਰਬ ਚੂਜ਼ ਕਰ ਲਓ, ਕੋਈ ਨੁਕਸਾਨ ਨਹੀਂ ਹੈ ਜੀ। ਰੂਟੀਨ 'ਚ ਯੂਜ਼ ਕਰੋਗੇ ਲਿਬਿਡੋ ਇੰਪਰੂਵ ਕਰੇਗਾ ਹੀ ਕਰੇਗਾ।
ਤੁਹਾਨੂੰ ਲੱਗਦਾ ਵੈ ਹਰਬਸ ਔਖੀਆਂ ਨੇ, ਆਪਾਂ ਕੋਈ ਹਰਬਲ ਕੰਬੀਨੇਸ਼ਨਸ ਲੈਣਾ ਚਾਹੁੰਦੇ ਹਾਂ ਤਦ ਵੀ ਕੋਈ ਨੁਕਸਾਨ ਨਹੀਂ ਹੈ। ਬੜੇ ਹਰਬਲ ਕੰਬੀਨੇਸ਼ਨਸ ਆਉਂਦੇ ਨੇ, ਸਵਰਨ ਸਿੱਧ ਮੱਕਰ ਧੁਆ ਜਾਂਦਾ ਜੀ, ਛੋਟੀ ਜਿਹੀ ਟੇਬਲੇਟ ਹੈ, ਉਹਦਾ ਇਸਤੇਮਾਲ ਕੀਤਾ ਜਾ ਸਕਦਾ ਵੈ, ਵਧੀਆ ਫਾਇਦਾ ਕਰਦਾ ਵੈ। ਅਗਰ ਆਪਾਂ ਰਸਾਇਣਾਂ ਦੀ ਗੱਲ ਕਰੀਏ, ਇੱਕ ਰਸਾਇਣਾਂ ਦਾ ਨਰਸਿੰਗ ਰਸਾਇਣ ਬਹੁਤ ਵਧੀਆ ਇੰਪਰੂਵਮੈਂਟ ਕਰਦਾ ਵੈ। ਦੈਨ ਆ ਜਾਂਦਾ ਵੈ ਵਾਨਰੀ ਗੁਟਿਕਾ, ਵਾਨਰੀ ਗੁਟਿਕਾ ਅਗੇਨ ਦੁਬਾਰਾ ਇੱਕ ਹਰਬਲ ਕੰਬੀਨੇਸ਼ਨ ਹੈ ਜੀ, ਉਹਦਾ ਸੇਵਨ ਕੀਤਾ ਜਾ ਸਕਦਾ। ਮਤਲਬ ਅਗਰ ਤੁਸੀਂ ਕੰਬੀਨੇਸ਼ਨਸ ਵੀ ਲੈਣੇ ਨੇ ਤਾਂ ਇਹੋ ਜਿਹੇ ਸੇਫ ਕੰਬੀਨੇਸ਼ਨਸ ਲਵੋ, ਕੋਸ਼ਿਸ਼ ਕਰੋ ਨਿੰਮ ਹਕੀਮ ਦੇ ਚੱਕਰ 'ਚ ਨਾ ਪਾਓ, ਕਿਉਂਕਿ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਵੈ। ਇਹ ਜਿਹੜੀਆਂ ਦਵਾਈਆਂ ਆਪਾਂ ਅਦਰਵਾਈਜ਼ ਖਾ ਲੈਂਦੇ ਹਾਂ ਉਹਦੇ ਨਾਲ ਪ੍ਰੋਸਟੇਟ ਇਨਲਾਰਜਮੈਂਟ ਹੋ ਸਕਦੀ ਹੈ, ਕਈ ਤਰ੍ਹਾਂ ਦੇ ਸਾਈਡ ਇਫੈਕਟਸ ਹੋ ਸਕਦੇ ਨੇ। ਇਸ ਕਰਕੇ ਹਰਬਸ ਉੱਪਰ ਰਹੋ ਜਾਂ ਕਲਾਸੀਕਲ ਟ੍ਰੈਡੀਸ਼ਨਲ ਆਯੁਰਵੈਦਿਕ ਕੰਬੀਨੇਸ਼ਨਸ ਤੁਸੀਂ ਲਵੋ, ਇਹਨਾਂ ਚੀਜ਼ਾਂ ਨੂੰ ਜਿਹੜਾ ਵਾ ਉਹ ਅਵੋਇਡ ਕਰਨਾ ਚਾਹੀਦਾ। ਬਿਲਕੁਲ, ਇਹ ਛੋਟੀਆਂ ਓਬਵੀਅਸ ਇੱਕ ਸਾਨੂੰ ਦੇਖਣਾ ਚਾਹੀਦਾ ਕਿ ਸਾਡੀ ਹੈਲਥ ਦੇ ਬਹੁਤ ਹੀ ਸਾਈਡ ਇਫੈਕਟ ਵੀ ਹੋ ਸਕਦੇ, ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ। ਬਾਕੀ ਜਿਵੇਂ ਹੁਣੇ ਹਰਬਸ ਨੂੰ ਦੱਸਿਆ ਗਿਆ, ਹਰਬਸ ਦੀ ਵੀ ਜੇਕਰ ਪ੍ਰੋਪਰ ਜਾਣਕਾਰੀ, ਕਿਉਂਕਿ ਸਾਨੂੰ ਪਤਾ ਹਰਬਸ ਵੀ ਅੱਜ ਕੱਲ੍ਹ ਨਕਲੀ ਆਉਂਦੀਆਂ ਨੇ। ਸੋ ਡਾਕਟਰ ਨਵਦੀਪ ਸ਼ਰਮਾ ਜੀ ਦੇ ਯੂਟਿਊਬ ਚੈਨਲ ਤੋਂ ਪ੍ਰੋਪਰ ਜਾਣਕਾਰੀ। ਬਿਲਕੁਲ ਜੀ, ਮੇਰੀ ਕੋਸ਼ਿਸ਼ ਰਹਿੰਦੀ ਹੈ ਔਰ ਮੈਨੂੰ ਆਪਣਾ ਇੱਕ ਦਾਇਤਵ ਵੀ ਲੱਗਦਾ ਵਾ, ਕਿਉਂਕਿ ਮੇਰੇ ਮੈਜੋਰਿਟੀ ਪ੍ਰੋਗਰਾਮ 'ਚ ਆਪਾਂ ਹਰਬਸ ਬਾਰੇ ਦੱਸਦੇ ਹਾਂ। ਅੱਜ ਮੇਰੇ ਕਹਿਣ ਦੇ ਉੱਪਰ ਕੋਈ ਹਰਬ ਲਵੇ ਅਤੇ ਹਰਬ ਫਾਇਦਾ ਨਾ ਕਰੇ ਜਾਂ ਗਲਤ ਹਰਬ ਖਾ ਲਏ ਤਾਂ ਮੈਨੂੰ ਦੁੱਖ ਹੋਏਗਾ। ਇਸੇ ਕਰਕੇ ਮੇਰੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਸ ਯੂਟਿਊਬ ਚੈਨਲ 'ਤੇ ਡੇਲੀ ਆਪਾਂ ਇੱਕ ਹਰਬ ਬਾਰੇ ਜਾਣਕਾਰੀ ਦਿੰਦੇ ਹਾਂ ਜੀ, ਕਿ ਉਹ ਜਿਹੜੀ ਹਰਬ ਹੈ, ਮੰਨ ਲਓ ਆਪਾਂ ਫੋਰ ਐਗਜ਼ਾਮਪਲ ਹਲਦੀ ਲਈ, ਅਤੇ ਆਪਾਂ ਦੱਸਿਆ ਉਹਦੇ 'ਚ ਪੂਰਾ ਕਿ ਹਲਦੀ ਕਿਸ ਕੰਮ ਆਉਂਦੀ ਹੈ, ਕਿਹੜੇ ਸੀਜ਼ਨ 'ਚ ਬੈਸਟ ਹਲਦੀ ਆਉਂਦੀ ਹੈ, ਇਹਦੇ 'ਚ ਕੀ ਲੋਕ ਮਿਕਸ ਕਰਦੇ ਨੇ, ਐਡਲਟ੍ਰੇਸ਼ਨ ਚੈੱਕ ਕਰਨ ਦੇ ਸਾਇੰਸ ਕੀ ਨੇ, ਕਿੰਨੀ ਡੋਜ਼ 'ਚ ਲੈਣੀ ਚਾਹੀਦੀ ਹੈ, ਕਿਹਨਾਂ ਲੋਕਾਂ ਨਹੀਂ ਲੈਣੀ ਚਾਹੀਦੀ। ਇਸ ਤਰ੍ਹਾਂ ਆਪਾਂ ਹਰ ਇੱਕ ਸਿੰਗਲ ਸਿੰਗਲ ਹਰਬ ਦੀ ਡੇਲੀ ਇੱਕ ਨਵੀਂ ਜਾਣਕਾਰੀ ਪਾਉਂਦੇ ਹਾਂ ਜਿਹੜੀ ਤੁਹਾਨੂੰ ਮਿਲ ਸਕਦੀ ਹੈ, ਉਹਦੇ ਨਾਲ ਤੁਸੀਂ ਹਰਬ ਗਲਤ ਨਹੀਂ ਖਾਓਗੇ ਕਦੀ ਵੀ। ਇਸ ਕਰਕੇ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਇਨਫੋਰਮੇਸ਼ਨ ਰੈਗੂਲਰਲੀ ਮਿਲ ਸਕਦੀ ਹੈ ਜੀ। ਬਿਲਕੁਲ। ਅੱਛਾ ਸਰ, ਇਹ ਤਾਂ ਹਰਬਸ ਦੀ ਗੱਲ ਹੋਈ, ਪਰ ਹੁਣ ਕੁਛ ਇੱਦਾਂ ਦੀਆਂ ਮੈਡੀਸਿਨਸ ਵੀ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀ ਅਵੇਲੇਬਲ ਹੈਗੀਆਂ ਨੇ, ਪਰ ਡਰ ਕਿਤੇ ਨਾ ਕਿਤੇ ਲੱਗਦਾ, ਚਾਹੇ ਅਸੀਂ ਨੋਰਮਲੀ ਮੈਡੀਸਿਨ ਦੀ ਗੱਲ ਕਰੀਏ ਹੁੰਦਾ ਕਿ ਸਾਈਡ ਇਫੈਕਟ ਨਾ ਹੋ ਜਾਣ, ਪਰ ਆਯੁਰਵੇਦ ਜੇਕਰ ਇੱਕ ਪ੍ਰੋਪਰ ਅੱਛਾ ਆਯੁਰਵੇਦ ਹੈਗਾ, ਸਾਨੂੰ ਪਤਾ ਕਿ ਉਹਦਾ ਸਾਈਡ ਇਫੈਕਟ ਨਹੀਂ ਹੋਏਗਾ। ਸੋ ਮੈਡੀਸਿਨ ਇੱਦਾਂ ਦੀਆਂ ਕੁਛ ਅਵੇਲੇਬਲ ਹੈਗੀਆਂ ਨੇ ਤੁਹਾਡੇ ਕੋਲ? ਬਿਲਕੁਲ ਜੀ, ਮੈਡੀਸਿਨਸ ਅਵੇਲੇਬਲ ਨੇ ਸਾਡੀ। ਅਗਰ ਆਪਣੀ ਮੈਡੀਸਿਨਸ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਇੱਕ ਕੰਬੀਨੇਸ਼ਨ ਤਿਆਰ ਕੀਤਾ ਹੈ, ਉਹਦਾ ਨਾਮ ਹੈ ਰਿਲੀਫ। ਰਿਲੀਫ ਟੈਬਲੇਟਸ ਆਪਾਂ ਤਿਆਰ ਕੀਤੀਆਂ ਹੋਈਆਂ ਨੇ ਜੀ, ਉਹਦੇ 'ਚ ਆਪਾਂ ਜਿੰਨੀਆਂ ਮੈਂ ਹਰਬਸ ਦੱਸੀਆਂ ਨੇ ਇਹ ਹਰਬਸ ਨੇ, ਪਲੱਸ ਉਹਦੇ ਨਾਲ ਸਵਰਨ ਭਸਮ ਗੋਲਡ, ਜਿਹੜਾ ਸੋਨਾ ਵੈ ਜੀ, ਇਹ ਮੰਨਿਆ ਜਾਂਦਾ ਵੈ ਕਿ ਸੋਨੇ ਦੀ ਅਗਰ ਭਸਮ ਬਣਾ ਕੇ ਇਸਤੇਮਾਲ ਕੀਤਾ ਜਾਏ ਤਾਂ ਸੋਨਾ ਇੱਕ ਐਸੀ ਚੀਜ਼ ਹੈ ਜਿਹੜੀ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੀ ਹੈ, ਇਮਿਊਨ ਸਿਸਟਮ ਦੇ ਕੇਸ 'ਚ ਵੀ, ਬੰਦੇ ਨੂੰ ਐਂਟੀ ਏਜਿੰਗ ਬੈਨੀਫਿਟਸ ਦੇਣ ਵਾਸਤੇ ਵੀ, ਉਹਦੇ ਨਾਲ ਨਾਲ ਬੰਦੇ ਦਾ ਲਿਬੀਡੋ ਇੰਪਰੂਵ ਕਰਨ ਵਾਸਤੇ ਵੀ, ਅਤੇ ਥੋੜ੍ਹੀ ਜਿਹੀ ਕੁਆਂਟਿਟੀ 'ਚ ਗੋਲਡ, ਸੋਨਾ, ਸੋਨੇ ਦੀ ਭਸਮ, ਪਲੱਸ ਜਿਹੜੀਆਂ ਮੈਂ ਹਰਬਸ ਦੱਸੀਆਂ ਨੇ ਇਹਨਾਂ 'ਚੋਂ ਮੈਜੋਰਿਟੀ ਹਰਬਸ, ਇੱਕ ਹਰਬ ਜਿਹੜੀ ਮੈਂ ਨਹੀਂ ਦੱਸੀ ਸੀ ਜਿਹੜੀ ਆਪਾਂ ਯੂਜ਼ ਕਰ ਰਹੇ ਹਾਂ ਜੀ, ਵਿਦਾਰੀ ਗੰਧ। ਵਿਦਾਰੀ ਗੰਧ ਵੀ ਇੱਕ ਬੜੀ ਅੱਛੀ ਹਰਬ ਹੈ, ਉਹ ਵੀ ਆਪਾਂ ਨਾਲ ਇਸਤੇਮਾਲ ਕਰਦੇ ਹਾਂ, ਕਿਉਂਕਿ ਵਿਦਾਰੀ ਗੰਧ ਕਿਤੇ ਨਾ ਕਿਤੇ ਸਪਰਮ ਕਾਊਂਟ ਨੂੰ ਵੀ ਵਧਾਉਂਦੀ ਹੈ, ਔਰ ਸਾਡੇ ਕੋਲ ਆਉਣ ਵਾਲੇ ਬਹੁਤ ਸਾਰੇ ਪੇਸ਼ੈਂਟਸ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਲਿਬੀਡੋ ਇਨਹਾਂਸਮੈਂਟ ਦੇ ਨਾਲ ਨਾਲ ਕਾਊਂਟ ਇੰਪਰੂਵਮੈਂਟ ਵੀ ਚਾਹੀਦੀ ਹੁੰਦੀ ਹੈ, ਅਤੇ ਉਹ ਇਸਤੇਮਾਲ ਕੀਤਾ ਜਾ ਸਕਦਾ ਵੈ। ਔਰ ਸਿਰਫ ਸਾਡੇ ਹੀ ਨਹੀਂ ਜੀ, ਬਹੁਤ ਅੱਛੀਆਂ ਕੰਪਨੀਜ਼ ਨੇ ਅੱਛੇ ਕੰਬੀਨੇਸ਼ਨਸ ਬਣਾਉਂਦੀਆਂ ਨੇ। ਕੋਸ਼ਿਸ਼ ਕਰੋ, ਅਗਰ ਤੁਸੀਂ ਕੋਈ ਕੰਬੀਨੇਸ਼ਨ ਹੀ ਲੈਣਾ ਚਾਹੁੰਦੇ ਹੋ, ਅੱਛੀ ਕੰਪਨੀ ਦਾ ਲਓ। ਖੁੱਲੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ, ਪਤਾ ਹੀ ਨਹੀਂ ਕੌਣ ਕੀ ਪਾ ਰਿਹਾ ਵੈ, ਤੁਹਾਨੂੰ ਪੂੜੀਆਂ ਜਿਹੀਆਂ ਬਣਾ ਕੇ ਦੇ ਦਿੰਦੇ ਨੇ, ਅਵੋਇਡ ਕਰੋ ਜੀ, ਬਹੁਤ ਨੁਕਸਾਨ ਕਰ ਸਕਦੀਆਂ ਨੇ। ਬਿਲਕੁਲ ਜੀ, ਇਹ ਅਸੀਂ ਚਾਹੇ ਅੱਜ ਲਿਬੀਡੋ ਇੰਪਰੂਵਮੈਂਟ ਦੀ ਗੱਲ ਕਰ ਰਹੇ ਹਾਂ, ਪਰ ਮੇਰੇ ਖਿਆਲ ਦੇ ਵਿੱਚ ਹਰ ਬਿਮਾਰੀ ਦੇ ਵਿੱਚ ਹੀ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਨੋਰਮਲੀ ਅਸੀਂ ਦੇਖਦੇ ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਆਪਣਾ ਚੈੱਕਅਪ ਵੀ ਨਹੀਂ ਕਰਵਾਉਂਦੇ, ਨੋਰਮਲ ਕਿਸੇ ਨੇ ਕੋਈ ਵੀ ਦਵਾਈ ਦੇ ਦਿੱਤੀ, ਛੋਟੀਆਂ ਛੋਟੀਆਂ ਪੁੜੀਆਂ ਦੇ ਦਿੱਤੀਆਂ, ਸਾਨੂੰ ਹੁੰਦਾ ਕਿ ਚਲ ਸਸਤੀ ਹੈਗੀ, ਈਵਨ ਕਈ ਲੋਕ ਰੋਡ ਸਾਈਡ ਜਾਂਦੇ ਹੀ ਲੱਗੇ ਹੁੰਦੇ ਨੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਕੋਲ, ਸੋ ਇਹ ਬਹੁਤ ਖਤਰਨਾਕ ਹੋ ਸਕਦੀਆਂ ਨੇ ਤੁਹਾਡੀ ਹੈਲਥ ਲਈ। ਅੱਛਾ ਸਰ, ਕਿਉਂਕਿ ਨੁਕਸਾਨ ਸਾਨੂੰ ਵੀ ਪਤਾ ਹੈਗਾ ਕਿ ਅੱਜ ਕੱਲ੍ਹ ਲਾਈਫ ਸਟਾਈਲ ਚੇਂਜ ਦੀ ਵਜ੍ਹਾ ਦੇ ਨਾਲ ਇਹ ਵੀ ਵੀਕਨੈਸ ਜਿਹੜੀ ਆਉਂਦੀ ਜਾ ਰਹੀ ਹੈ, ਚਾਹੇ ਅਸੀਂ ਫੀਮੇਲਸ ਦੀ ਗੱਲ ਕਰੀਏ ਚਾਹੇ ਮੇਲਸ ਦੀ ਗੱਲ ਕੀਤੀ ਜਾਵੇ, ਤੇ ਉਸ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਫਿਰ ਇਨਫਰਟੀਲਿਟੀ ਦਾ ਸ਼ਿਕਾਰ ਵੀ ਇਹੀ ਲੋਕ ਹੋ ਜਾਂਦੇ। ਤੁਸੀਂ ਫੀਮੇਲਸ ਦੀ ਗੱਲ ਕੀਤੀ ਜੀ, ਮੈਂ ਇੱਕ ਫੀਮੇਲ ਦੀ ਵੀ ਹਰਬ ਦੱਸਣਾ ਚਾਹਾਂਗਾ ਜਿਹੜੀ ਕਿ ਫੀਮੇਲਸ ਵਾਸਤੇ ਬਹੁਤ ਚੰਗੀ ਹੈ, ਫੀਮੇਲ ਇਨਫਰਟੀਲਿਟੀ ਵਾਸਤੇ ਵੀ ਔਰ ਫੀਮੇਲ ਲਿਬੀਡੋ ਇੰਪਰੂਵਮੈਂਟ ਵਾਸਤੇ ਵੀ। ਉਹਦਾ ਨਾਮ ਹੈ ਸ਼ਤਾਵਰੀ, ਅਸਪੈਰੇਗਸ ਰੈਸੀਮੋਸਸ, ਇਹਦੀ ਵੇਲ ਹੁੰਦੀ ਹੈ ਜੀ, ਤੁਸੀਂ ਘਰ 'ਚ ਲਾ ਸਕਦੇ ਹੋ, ਬਹੁਤ ਫਾਇਦਾ ਕਰਦੀ ਹੈ ਫੀਮੇਲ ਲਿਬੀਡੋ ਇੰਪਰੂਵਮੈਂਟ ਵਾਸਤੇ, ਕਿਉਂਕਿ ਦੇਖੋ ਫੀਮੇਲਸ ਇੰਨੀ ਈਜ਼ੀਲੀ ਡਿਸਕਸ ਨਹੀਂ ਕਰ ਪਾਉਂਦੀਆਂ ਨੇ, ਔਰ ਘੱਟ ਮੈਡੀਸਿਨਸ ਐਸੀਆਂ ਅਵੇਲੇਬਲ ਨੇ ਜਿਹੜੀਆਂ ਫੀਮੇਲ ਲਿਬੀਡੋ ਇੰਪਰੂਵਮੈਂਟ ਵਾਸਤੇ ਹੋਣ, ਲੇਕਿਨ ਤੁਸੀਂ ਘਰ ਬੈਠੇ ਸ਼ਤਾਵਰੀ ਦਾ ਪਾਊਡਰ ਇਸਤੇਮਾਲ ਕਰ ਸਕਦੇ ਹੋ, ਸ਼ਤਾਵਰੀ ਦੇ ਕੈਪਸੂਲਸ ਮਾਰਕੀਟ 'ਚ ਅਵੇਲੇਬਲ ਹੁੰਦੇ ਨੇ, ਸ਼ਤਾਵਰੀ ਦੇ ਗ੍ਰੈਨਿਊਲਸ ਅਵੇਲੇਬਲ ਹੁੰਦੇ ਨੇ, ਲਿਬੀਡੋ ਇੰਪਰੂਵ
बिल्कुल जी, ये छोटिया छोटिया चीज़ा क्योंकि कई बार असं डिस्कस करन तो ही प्रॉब्लम हो जाती हैगी अद्धे लोग ते इन्हां चीज़ां नूं हुण अज तुसीं साडा शो देख रहे हैगे नॉर्मल जानकारी छोटिया छोटिया हर्ब्स हैगियां ने इन्हां नूं तुसीं डेली रूटीन दे विच जिहड़ा ऐड ऑन कर सकते हो होर भी बड़ियां बीमारियां तो तुहानूं राहत मिलेगी नाल दी नाल जेकर मेडिसिन भी मंगवानी हैगी आ। अच्छा सर तुसीं मेल्स लई मेडिसिन दस्सी सीगी फीमेल लई भी उही चलेगी कि कोई होर मेडिसिन? नहीं, फीमेल्स वास्ते शतावरी जी। Okay. शतावरी जिहड़ी है वह बहुत वधिया फीमेल्स ते क्योंकि देखो मकसद है वह कि फायदा मिले रिलीफ टेबलेट्स जिहड़ियां मैं गल कीती फीमेल्स लैन नुकसान कोई नहीं है लेकिन फीमेल्स जिहड़ियां कल्ली शतावरी भी लै लैन तो फीमेल्स उसते बहुत ही चंगा वै उन्होंने इमीडिएट इंप्रूवमेंट मिलेगी लिबिडो अंदर भी और जनरल हेल्थ अंदर भी जी। ते एदियां टैबलेट्स भी आन गए कि बेल ही इदां ही कुछ टैबलेट्स भी आदनी है जी टैबलेट्स कैप्सूल्स सब अवेलेबल है लेकिन थोड़ा ईजी हो जाता है जो एक चीज़ की बेल लग सकती है बड़ा सुंदर पौधा वह एक ओरनामेंटल प्लांट भी अगर घर से तुम लगाओगे ना काफ़ी वधिया लगेगा जी पौधा तो सुंदर प्लांट है वेल वकन उपर चढ़ जाएगा वह फायदा तुम उठाओ जी बहुत बेल के पत्ते उस बेल की जड़ जड़ जो पूरी वड्डी हो जाए वेल आपां दी जड़ कढ़नी है जड़ नूं सुका लेना वै उहदा पाउडर करना वै ਉਹ ਸ਼ਤਾਵਰੀ ਜਿਹੜੀ ਯੂਜ਼ ਕਰਨੀ ਹੈ ਜੜ੍ਹ ਦਾ ਪਾਊਡਰ ਯੂਜ਼ ਕਰਨਾ ਜੀ ਉਹਦਾ। ਓਕੇ ਸੋ ਬਿਲਕੁਲ ਜੀ ਅੱਜ ਅਸੀਂ ਲਿਬਿਡੋ ਇੰਪਰੂਵਮੈਂਟ ਦੀ ਗੱਲ ਕੀਤੀ ਫੀਮੇਲਸ ਦੀ ਵੀ ਗੱਲ ਹੋਈ ਆ ਮੇਲਸ ਦੀ ਵੀ ਗੱਲ ਹੋਈ ਆ ਚਾਹੇ ਹੋਰ ਵੀ ਕੋਈ ਇਸ਼ੂ ਹੈਗਾ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ। ਅੱਛਾ ਸਰ ਹੁਣ ਐਂਟੀਕੇਅਰ ਐਪ ਦੀ ਗੱਲ ਕੀਤੀ ਜਾਵੇ ਐਂਟੀਕੇਅਰ ਐਪ ਦੇ ਵਿੱਚ ਕੀ ਕੁਛ ਸਪੈਸ਼ਲ ਮਿਲਣ ਵਾਲਾ ਸਾਡੀ ਆਡੀਅੰਸ? ਦੇਖੋ ਜੀ ਸਾਡੇ ਇੱਕ ਦੋ ਤਿੰਨ ਕੋਸ਼ਿਸ਼ ਰਹਿੰਦੀ ਹੈ ਐਪ ਦੇ ਥਰੂ। ਇੱਕ ਤਾਂ ਸਭ ਤੋਂ ਵੱਡਾ ਫਾਇਦਾ ਵਾ ਪੇਸ਼ੈਂਟ ਦੀ ਪ੍ਰਾਈਵੇਸੀ ਪੂਰੀ ਮੇਨਟੇਨ ਕੀਤੀ ਜਾਂਦੀ ਹੈ ਐਪ 'ਚ। ਅਗਰ ਇੱਕ ਹੈਲਦੀ ਬੰਦਾ ਵੈ ਉਹ ਆ ਕੇ ਜਿੰਨੀਆਂ ਵੀ ਮੈਂ ਹਰਬਸ ਦੱਸਦਾ ਵਾਂ ਹਰਬਸ ਹੋ ਗਈਆਂ ਜਨਰਲ ਕੈਪਸੂਲਸ ਹੋ ਗਏ ਹੋਰ ਕੋਈ ਵੀ ਮੈਡੀਕੇਸ਼ਨਸ ਕਿਤੇ ਵੀ ਦੁਨੀਆ 'ਚ ਬੈਠਿਆ ਵੈ ਉਹ ਆਰਡਰ ਕਰ ਸਕਦਾ ਵੈ। ਉਹ ਬੰਦਾ ਸਾਡੇ ਡਾਕਟਰਸ ਨਾਲ ਚੈਟ ਕਰ ਸਕਦਾ ਰੂਟੀਨ ਦੇ ਅੰਦਰ। ਸਾਡੇ ਸਾਰੇ ਯੂਟਿਊਬ ਦੇ ਵੀਡੀਓ ਸਾਡਾ ਚੈਨਲ ਸਭ ਕੁਛ ਅਵੇਲੇਬਲ ਹੈ ਜੀ ਸਾਡੀ ਐਪ ਦੇ ਉੱਪਰ। ਬੜੀ ਹੀ ਨੌਲੇਜੇਬਲ ਔਰ ਈਜ਼ੀ ਟੂ ਯੂਜ਼ ਐਪ ਹੈ ਜੀ। ਸੋ ਬਿਲਕੁਲ ਜੀ, ਬਾਕੀ ਸਰ ਜਾਂਦੇ ਜਾਂਦੇ ਕੋਈ ਮੈਸੇਜ ਜਿਹੜਾ ਸ਼ੇਅਰ ਕਰਨਾ ਚਾਹੋ? ਦੇਖੋ ਮੇਜਰ ਮੈਂ ਹੀ ਸ਼ੇਅਰ ਕਰਨਾ ਚਾਹਾਂਗਾ। ਮੈਂ ਅੱਜ ਲਿਬਿਡੋ ਦਾ ਟੋਪਿਕ ਵੀ ਐਸੇ ਕਰਕੇ ਹੀ ਛੇੜਿਆ ਕਿਉਂਕਿ ਲਿਬਿਡੋ ਇਨਹਾਂਸਮੈਂਟ ਇੱਕ ਐਸੀ ਚੀਜ਼ ਹੈ ਜਿਹਦੇ ਪਿੱਛੇ ਕਿ ਬਹੁਤ ਲੋਕ ਭੱਜਦੇ ਨੇ ਔਰ ਆਪਣਾ ਨੁਕਸਾਨ ਕਰਵਾਉਂਦੇ ਨੇ। ਕਿਤੇ ਨਾ ਕਿਤੇ ਨੀਮ ਹਕੀਮ ਦੇ ਚੱਕਰਾਂ 'ਚ ਫਸ ਜਾਂਦੇ ਨੇ ਜਾਂ ਐਸੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਹੜੀਆਂ ਉਹਨਾਂ ਨੂੰ ਹੋਰ ਬਿਮਾਰੀਆਂ ਲਾ ਦਿੰਦੀਆਂ ਨੇ। ਕੋਸ਼ਿਸ਼ ਕਰੋ ਸੇਫ ਰਹੋ। ਮੈਂ ਹਰਬਸ ਦੱਸੀਆਂ ਨੇ, ਇਹਨਾਂ ਹਰਬਸ ਦਾ ਸੇਵਨ ਕਰੋ। ਕੁਛ ਵੀ ਗਲਤ ਨਾ ਖਾਓ ਕਿਉਂਕਿ ਲਿਬਿਡੋ ਇੰਪਰੂਵਮੈਂਟ ਜਿਹੜੀ ਹੈ ਉਹ ਨੈਚੁਰਲੀ ਹੀ ਬਹੁਤ ਵਧੀਆ ਹੋ ਸਕਦੀ ਹੈ। ਸ਼ਾਰਟਕਟਸ ਨਹੀਂ ਲੱਭਣੇ ਆਪਾਂ ਲਿਬਿਡੋ ਇੰਪਰੂਵਮੈਂਟ ਵਾਸਤੇ। ਬਿਲਕੁਲ ਜੀ। ਸੋ ਜੀ ਬਾਕੀ ਨੰਬਰ ਫਲੈਸ਼ ਹੋ ਹੀ ਰਹੇ ਨੇ, ਕੋਈ ਵੀ ਪ੍ਰੋਬਲਮ ਹੈਗੀ ਆ ਤੁਸੀਂ ਡਿਸਕਸ ਕਰ ਸਕਦੇ ਹੋ ਇਹਨਾਂ ਨੰਬਰ ਦੇ ਉੱਤੇ ਅਤੇ ਨਾਲ ਦੀ ਨਾਲ ਸੈਂਟਰਸ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਹੋ। ਸੈਂਟਰ ਦੇ ਪ੍ਰੋਪਰ ਐਡਰੈਸ ਇਹਨਾਂ ਨੰਬਰ ਤੋਂ ਲੈ ਸਕਦੇ ਹੋ। ਯੂਟਿਊਬ ਚੈਨਲ 'ਤੇ ਤੁਸੀਂ ਜਾ ਸਕਦੇ ਹੋ ਡਾਕਟਰ ਨਵਦੀਪ ਸ਼ਰਮਾ ਜੀ ਦੇ ਨਾਮ ਤੋਂ। ਐਂਟੀਕੇਅਰ ਐਪ ਨੂੰ ਡਾਊਨਲੋਡ ਕਰ ਸਕਦੇ ਹੋ, ਮੈਡੀਸਿਨ ਘਰ ਬੈਠੇ ਮੰਗਵਾਉਣੀ ਹੈ ਤਾਂ ਇਹਨਾਂ ਹੀ ਨੰਬਰ 'ਤੇ ਕਾਲ ਕਰਕੇ ਮੰਗਵਾ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਤੋਂ ਇਹ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।